ਜਿਹੜਾ ਹੁਣ ਨਵਾਂ ਨਵਾਂ ਨਵਜੋਤ ਸਿੱਧੂ ਪ੍ਰਧਾਨ ਬਣਿਆ ਅਸੀਂ ਤੇਰੀ ਗੱਲ ਨੂੰ ਰੱਖਦੇ ਠੁੱਡੇ ਤੇ ਪਿਆਸੇ ਤੁਸੀਂ ਹੋ ਭੁੱਖੜ ਤੁਸੀਂ ਹੋ ਤੁਸੀਂ ਲੋਕਾਂ ਤੋਂ ਵੋਟਾਂ ਲੈਣੀਆਂ ਚੁਣੇ ਹੋਏ ਨੁਮਾਇੰਦੇ ਹੋ ਤੁਸੀਂ ਮਾਲਕ ਨਹੀਂ ਹੋ ਸਰਕਾਰ ਕੇਅਰ ਟੇਕਰ ਹੁੰਦੀ ਉਹ ਮਾਲਕ ਨਹੀਂ ਬਣ ਜਾਂਦੀ खेती विरोधी कानूनों नूं रद्द कराउण दे लई 8 महीनों तो मोर्चे ते डटे हुए मेरे बहुत ही सत्कारयोग वीरो मेरियो भैणो ते प्रधानगी मंडल जी आपां देखदे हां कि असीं 8 महीनों तो इन्हां कानूनों नूं रद्द कराउण दी गल कर रहे हां पर मोदी सरकार अजे इस रौं दे विच नहीं कि इन्हां दे साडी गल सुनी जाए ते संयुक्त किसान मोर्चे ने फैसला लिया कि असी जड़ा मानसून सैशन होएगा वो पैरल असी किसान की संसद करांगे तो साथियों उन्होंने कहा कि तुम लिखती तौर पर परमिशन लो असी अज तक जदों का इन्होंने कानून बनाया आ कि तुहानू कोई भी एजिटेशन करन दे लई मुजाहरा करन दे लई परमिशन लेनी पवेगी असी अज तक ना परमिशन लई आ ना भविख विच लवांगे ते ना मोदी सरकार नू अपलाई कीता पर मोदी सरकार अखलाकी तौर पर हार मन चुकी आ ते इन्हे सानू अपने आप परमिशन दित्ती वेखण नू अजे भावें छोटी लगती आ भी 200 बंदा ज़्यादा पर पूरी दुनिया दे विच चर्चा छेड़ दित्ती मोदी सरकार दे ढीठ होण दी ते इहदियां नाकामियां दी तां तुसीं देखिया होणा जिद्दन साडी संसद सी पहले दिन तां इहनां दी इक आगू मीनाक्षी लेखी बखलाड़ दे विच बयान दिंदी आ कि किसान तां मवाली ने मतलब दंगेबाज ने लड़ाके ने असली किसान तां खेतां विच कम करदे ने तां इहो जिहे बयानां दा मैं कोई जवाब देण लई नहीं गल करदी इहो जिहे जवाबां नूं असीं रखदे आ ठुड्डे ते ਉਹ ਬਖਲਾਟ ਵਿੱਚ ਇਹੋ ਜਿਹੇ ਜਵਾਬ ਦਿੰਦੇ ਨੇ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਲੋਕਤੰਤਰ ਸਰਕਾਰ ਦੇ ਵਿੱਚ ਚੁਣੇ ਹੋਏ ਨੁਮਾਇੰਦੇ ਹੋ ਤੁਸੀਂ ਮਾਲਕ ਨਹੀਂ ਹੋ ਸਰਕਾਰ ਕੇਅਰ ਟੇਕਰ ਹੁੰਦੀ ਉਹ ਮਾਲਕ ਨਹੀਂ ਬਣ ਜਾਂਦੀ ਤਾਂ ਭਰਾਵੋ ਸਾਨੂੰ ਇਹ ਸੋਚਣਾ ਪੈਣਾ ਕਿਉਂਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਨੂੰ ਸੰਵਿਧਾਨਿਕ ਤੌਰ ਤੇ ਹੱਕ ਮਿਲੇ ਨੇ ਉਹਨਾਂ ਨੂੰ ਖਤਮ ਕਰਕੇ ਉਹ ਇੱਕ ਇਦਾਂ ਦਾ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਕਿ ਇੱਥੇ ਜਿਵੇਂ ਰਾਜੇ ਹੁੰਦੇ ਆ ਉਹ ਰਾਜੇ ਹੋਣ ਤੇ ਜਨਤਾ ਜਿਹੜੀ ਪਰਜਾ ਹੈ ਉਹਨਾਂ ਦੀ ਗੁਲਾਮ ਹੋਵੇ ਸਾਡਾ ਕੋਈ ਰਾਈਟ ਨਾ ਹੋਵੇ ਪਰ ਅਸੀਂ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਸੀ ਡੈਮੋਕ੍ਰੇਸੀ ਲਈ ਸੀ ਸੋ ਇਹਨੂੰ ਬਹਾਲ ਰੱਖਣਾ ਜਿਵੇਂ ਦੀ ਵੀ ਹੈ ਇਹਨੂੰ ਬਹਾਲ ਰੱਖਣਾ ਸਾਡੀ ਜ਼ਿੰਮੇਵਾਰੀ ਆ ਜਿੰਨਾ ਵਿਨਾਸ਼ ਇਹਨਾਂ ਨੇ ਸਾਡੇ ਦੇਸ਼ ਦਾ ਕਰ ਦਿੱਤਾ ਕਿਉਂਕਿ ਜਿਹੜਾ ਸਰਮਾਏਦਾਰ ਵੀ ਕਹੇ ਨਾ ਕਿ ਵਿਕਾਸ ਕਰਦੇ ਅਸੀਂ ਵਿਕਾਸ ਦਾ ਉਹਨਾਂ ਦੇ ਦਾ ਮਤਲਬ ਹੁੰਦਾ ਹੈ ਦੇਸ਼ ਦਾ ਵਿਨਾਸ਼ ਇੱਥੋਂ ਦੇ ਜਿੰਨੇ ਸਾਧਨ ਆ ਉਹ ਨੈਚੁਰਲ ਰਿਸੋਰਸਿਸ ਹੋਣ ਖਾਣਾ ਹੋਣ ਜਲ ਜੰਗਲ ਜ਼ਮੀਨ ਜਿੰਨੇ ਵੀ ਸਾਡੇ ਪਹਾੜ ਆ ਜਾਂ ਜੋ ਵੀ ਸਾਡੇ ਸਾਧਨ ਆ ਉਹਨਾਂ ਦਾ ਇਹਨਾਂ ਨੇ ਇੱਕ ਵਾਰੀ ਸੱਤਿਆਨਾਸ਼ ਕਰ ਦਿੱਤਾ ਆ ਮੁੜ ਤੋਂ ਵੀ ਅਸੀਂ ਇੱਕ ਲੋਕ ਪੱਖੀ ਨਿਜ਼ਾਮ ਬਣਾ ਲਈਏ ਨਾ ਤੇ ਉਹਦੀ ਭਰਪਾਈ ਕਰਨ ਲਈ ਸਾਨੂੰ ਇੱਕ ਲੰਬਾ ਸਮਾਂ ਲੱਗਣਾ ਹੈ ਤੇ ਇਹ ਸਰਮਾਏਦਾਰੀ ਕਿੰਨੀ ਕੱਲੀ ਸਾਡੇ ਮੁਲਕ ਵਿੱਚ ਵਿਨਾਸ਼ਕਾਰੀ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ ਇਹਨਾਂ ਵਿਕਾਸ ਦੇ ਨਾਂ ਦੇ ਉੱਤੇ ਵੱਡਾ ਵਿਨਾਸ਼ ਕੀਤਾ ਵੱਡੀ ਤਬਾਹੀ ਕੀਤੀ ਆ ਸਾਡੇ ਵਾਤਾਵਰਨ ਦੀ ਕੁਦਰਤੀ ਸਾਧਨਾਂ ਦੀ ਤਾਂ ਅੱਜ ਤੁਸੀਂ ਦੇਖਦੇ ਹੋ ਇਸੇ ਕਰਕੇ ਕੁਦਰਤੀ ਜਿਹੜੀਆਂ ਆਫਤਾਂ ਬਹੁਤ ਵੱਡੀਆਂ ਆ ਰਹੀਆਂ ਨੇ ਤਾਂ ਸਾਨੂੰ ਇਕਜੁੱਟ ਹੋ ਕੇ ਇਹਦੇ ਖਿਲਾਫ ਇੱਕ ਲੰਬੀ ਲੜਾਈ ਲੜਨੀ ਪੈਣੀ ਆ ਉਹਨਾਂ ਨੀਤੀਆਂ ਦੇ ਖਿਲਾਫ ਲੜਨਾ ਪੈਣਾ ਜਿਨ੍ਹਾਂ ਦੀ ਉਪਜ ਨੇ ਇਹ ਕਾਨੂੰਨ ਕਿਉਂਕਿ 30 ਸਾਲ ਤੱਕ ਅਸੀਂ ਅਵੇਸ ਲੈ ਰਹੇ ਹਾਂ ਅਸੀਂ ਚੁੱਪ ਧਾਰੀ ਰੱਖੀ ਕਿ ਸਾਨੂੰ ਕੀ ਉਹਨਾਂ ਨੇ ਇੱਕ ਇੱਕ ਕਰਕੇ ਸਾਡਾ ਸਾਰੇ ਦਾ ਸਾਰਾ ਜਿਹੜਾ ਅਸੀਂ ਪਬਲਿਕ ਸੈਕਟਰ ਖਤਮ ਕਰ ਦਿੱਤਾ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਹੱਦਾਂ ਪਾਰ ਕਰ ਗਈ ਇੱਥੇ ਸਾਡੇ ਸਰਕਾਰੀ ਹਸਪਤਾਲ ਨਹੀਂ ਰਹੇ ਇਲਾਜ ਸਾਡੇ ਵਾਸਤੇ ਨਹੀਂ ਰਿਹਾ ਪੀਣ ਵਾਲਾ ਪਾਣੀ ਜਿਹੜਾ ਸਾਡੇ ਵਾਸਤੇ ਜਿਹੜਾ ਕੁਦਰਤ ਨੇ ਸਾਨੂੰ ਮੁਫਤ ਦੇ ਵਿੱਚ ਦਿੱਤਾ
ਇਹ ਸੋਚ ਲਓ ਕਿ ਇੱਕ ਜਿਹੜੀ ਪਾਣੀ ਦੀ ਬੋਤਲ ਹੈ ਨਾ, ਅੱਜ ਕੰਪਨੀਆਂ ਦਾ ਰਾਜ ਆ ਪਾਣੀ ਦੀਆਂ ਬੋਤਲਾਂ ਦੇ ਉੱਤੇ, ਤੇ ਪਾਣੀ ਦੀ ਬੋਤਲ ਜਿਹੜੀ 750 ml ਦੀ ਹੁੰਦੀ ਆ ਉਹ ਸਾਨੂੰ 20 ਰੁਪਈਆਂ ਦੀ ਮਿਲਦੀ ਆ। ਤਾਂ ਤੁਸੀਂ ਕਦੇ ਵੀ ਸਫ਼ਰ ਕਰਨ ਜਾਓ, ਕਦੀ ਵੀ ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਪਹਿਲਾਂ ਪੌਲ ਲੱਗੇ ਹੁੰਦੇ ਸੀ ਜਾਂ ਜਿਹੜਾ ਵੀ ਰੇਲਵੇ ਨੇ ਇੰਤਜ਼ਾਮ ਕੀਤਾ ਹੁੰਦਾ ਸੀ, ਸਾਰੇ ਦਾ ਸਾਰਾ ਬੰਦ ਹੋਊਗਾ, ਤੁਹਾਨੂੰ ਮਜਬੂਰਨ ਮੁੱਲ ਲੈ ਕੇ ਪਾਣੀ ਪੀਣਾ ਪਊਗਾ। ਤਾਂ ਤੁਸੀਂ ਸੋਚ ਲਓ ਕਿ ਕੱਲ੍ਹ ਨੂੰ ਸਾਡੀ ਖੇਤੀ ਦੇ ਉੱਤੇ ਇਹਨਾਂ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਜਾਂਦਾ ਹੈ, ਸਾਡੀਆਂ ਜ਼ਮੀਨਾਂ ਦੇ ਉੱਤੇ, ਸਾਡੀ ਮੰਡੀ ਦੇ ਉੱਤੇ, ਤਾਂ ਸਾਡੇ ਅਨਾਜ ਦੇ ਕ੍ਰੇਟ ਕਿੱਥੋਂ ਤੱਕ ਜਾਣਗੇ। ਸੋ ਇਸ ਕਰਕੇ ਮੈਂ ਕਹਿਣਾ ਚਾਹੂੰਗੀ, ਕਿਉਂਕਿ ਸਮਾਂ ਘੱਟ ਆ, ਸਾਨੂੰ ਭਵਿੱਖ ਦੇ ਵਿੱਚ ਇਹ ਕਾਨੂੰਨ ਵਾਪਸ ਹੋਣਗੇ, ਹਰ ਹਾਲਤ ਵਿੱਚ ਹੋਣਗੇ, ਅਸੀਂ ਜਿੱਤ ਕੇ ਜਾਵਾਂਗੇ, ਪਰ ਇਹਦੇ ਤੋਂ ਬਾਅਦ ਵੀ ਸਾਨੂੰ ਲੜਨਾ ਪੈਣਾ ਹੈ ਕਿ ਦੇਸ਼ ਵਿੱਚ ਇਹੋ ਜਿਹਾ ਖੇਤੀਬਾੜੀ ਦਾ ਇੱਕ ਮਾਡਲ ਹੋਵੇ ਜਿਹੜਾ ਲੋਕ ਪੱਖੀ ਹੋਵੇ, ਕਿਸਾਨਾਂ ਦੇ ਪੱਖ ਦੇ ਵਿੱਚ ਹੋਵੇ, ਉਹਨਾਂ ਨੂੰ ਆਰਥਿਕ ਤੌਰ 'ਤੇ ਵੀ ਲਾਭ ਮਿਲੇ ਅਤੇ ਉਹਨਾਂ ਦੀ ਸਿਹਤ ਦੇ ਨਾਲ ਵੀ ਖਿਲਵਾੜ ਨਾ ਹੋਵੇ। ਕਿਉਂਕਿ ਹਰੀ ਕ੍ਰਾਂਤੀ ਦੇ ਨਾਂ ਦੇ ਉੱਤੇ ਸਾਨੂੰ ਇਹਨਾਂ ਨੇ ਬਿਮਾਰ ਕੀਤਾ, ਇਹਦਾ ਸਾਰੇ ਕਸੇ ਦਾ ਸਾਨੂੰ ਹਿਸਾਬ ਲੈਣਾ ਪੈਣਾ, ਇੱਕ ਲੋਕ ਪੱਖੀ ਨਿਜ਼ਾਮ ਬਣਾਉਣ ਦੇ ਵਾਸਤੇ ਸਾਨੂੰ ਲੜਨਾ ਪੈਣਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਗੱਲ ਨੂੰ ਸਮਾਪਤ ਕਰਦੀ ਹਾਂ ਅਤੇ ਅਖੀਰ ਵਿੱਚ ਕਹਿੰਦੀ ਹਾਂ ਕਿ ਮੋਦੀ ਸਰਕਾਰ ਜਿਹੜੀ ਤਾਨਾਸ਼ਾਹ ਬਣੀ ਬੈਠੀ ਆ, ਹਿਟਲਰ ਦੀ ਚਾਲ 'ਤੇ ਚੱਲਦੀ ਆ। ਹਿਟਲਰ ਨੇ ਵੀ ਕਦੀ ਜਰਮਨੀ ਦੇ ਵਿੱਚ ਚੋਣਾਂ ਕਰਵਾ ਕੇ ਇਹ ਕਿਹਾ ਸੀ ਕਿ ਜਰਮਨੀ ਦੀ ਸ਼ਕਤ ਦੇ ਲਈ ਲੜਾਂਗੇ, ਪਰ ਦੂਜੀ ਵਰਲਡ ਵਾਰ ਦੇ ਵਿੱਚ ਝੋਕ ਕੇ ਜਰਮਨੀ ਦੀ ਤਬਾਹੀ ਕੀਤੀ ਸੀ। ਅੱਜ ਸਾਡੇ ਦੇਸ਼ ਨੂੰ ਮੋਦੀ ਸਰਕਾਰ ਤਬਾਹ ਕਰਨ ਜਾ ਰਹੀ ਆ, ਤੇ ਸਰਕਾਰਾਂ ਸਰਮਾਏਦਾਰੀ ਦੀਆਂ ਕੋਈ ਹੋਣ। ਮੇਰੇ ਤੋਂ ਪਹਿਲਾਂ ਰਜਿੰਦਰ ਨੇ ਵਿਸਥਾਰ ਦੇ ਵਿੱਚ ਦੱਸਤਾ, ਮੈਂ ਸਿਰਫ ਇੰਨਾ ਕਹੂੰਗੀ ਉਹਨੂੰ ਜਿਹੜਾ ਹੁਣ ਨਵਾਂ ਨਵਾਂ ਨਵਜੋਤ ਸਿੱਧੂ ਪ੍ਰਧਾਨ ਬਣਿਆ, ਅਸੀਂ ਤੇਰੀ ਗੱਲ ਨੂੰ ਰੱਖਦੇ ਠੁੱਡੇ ਤੇ, ਅਸੀਂ ਨਹੀਂ ਆਉਂਦੇ ਤੁਹਾਡੇ ਕੋਲੇ, ਪਿਆਸੇ ਤੁਸੀਂ ਹੋ, ਭੁੱਖਰ ਤੁਸੀਂ ਹੋ, ਤੁਸੀਂ ਲੋਕਾਂ ਤੋਂ ਵੋਟਾਂ ਲੈਣੀਆਂ, ਹੁਣ ਤੁਸੀਂ ਬਖਲਾੜ ਦੇ ਵਿੱਚ ਹੋ, ਤੁਸੀਂ ਭਾਲਦੇ ਹੋ ਕਿ ਕਿਵੇਂ ਵੋਟਾਂ ਲਈਆਂ ਜਾਣ, ਇਸ ਕਰਕੇ ਅਸੀਂ ਪਿਆਸੇ ਨਹੀਂ, ਅਸੀਂ ਬੜੇ ਸਬਰ ਦੇ ਨਾਲ ਸੰਤੋਖ ਦੇ ਨਾਲ ਦੁਨੀਆ ਦੇ ਵਿੱਚ ਆਪਦੀ ਲੜਾਈ ਦੀ ਇੱਕ ਮਿਸਾਲ ਪੈਦਾ ਕੀਤੀ ਹੈ, ਇਤਿਹਾਸ ਪੈਦਾ ਅਸੀਂ ਕੀਤਾ ਹੈ, ਸਾਡੀ ਜਿੱਤ ਹੋਣੀ ਹੈ, ਤੁਹਾਡੀ ਜ਼ਲਮੋਂ ਹਾਰ ਹੋਣੀ ਆ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਜੈ ਜਨਤਾ, ਜਿੱਤ ਲੜਨ ਵਾਲੇ ਲੋਕਾਂ ਦੀ।